ਤੇਰੇ ਬੁੱਲਾਂ ਕੋਲੋਂ ਪੁੱਛੇ ਸਵਾਲ, ਤੇਰੇ ਨਾਲ ਤੇਰਾ ਯਾਰ ਖੜਾ ਜੱਚਦਾ ਕਿ ਨਹੀਂ ਦੱਸ, ਤੇਰੇ ਕੰਨਾਂ ਨਾਲ ਸੁਣੇ ਜਵਾਬ, ਸਾਡੇ ਨਾਮ ਤੋਂ ਜ਼ਮਾਨਾ ਸਾਰਾ ਮੱਚਦਾ ਕਿ ਨਹੀਂ ਦੱਸ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ, ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ, ਕਹਿੰਦੇ ਕਰਨ ਔਜਲੇ ਬਾਈ ਦਾ ਹੁਣੇ ਹੁਣੇ ਗਾਣਾ ਇੱਕ ਲੀਕ ਹੋ ਗਿਆ ਵਾ, ਲਾਹੌਰ ਬਾਈ ਕਰਨ ਔਜਲਾ। ਕਿਸੇ ਨੇ ਟੈਲਮੀ ਕਰਕੇ ਗਾਣਾ ਪਾਇਆ, ਕਿਸੇ ਨੇ ਲਾਹੌਰ ਕਰਕੇ ਪਾਇਆ, ਅਤੇ ਪਤਾ ਨਹੀਂ ਅਫੀਸ਼ਲੀ ਗਾਣੇ ਦਾ ਕੀ ਨਾਮ ਹੋਊਗਾ। ਅਤੇ ਬਾਕੀ ਦੇਖਦੇ ਹਾਂ ਕਿੱਦਾਂ ਦਾ ਗਾਣਾ, ਕੀ ਗੱਲਬਾਤ ਕਰਦੇ ਹਾਂ ਕਰਨ ਔਜਲੇ ਬਾਈ ਦਾ ਇੱਕੇ ਬਾਈ ਦਾ ਮਿਊਜ਼ਿਕ ਵਿੱਚ। ਅਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ, ਜਿਹੜੇ ਕਰਨ ਔਜਲੇ ਬਾਈ ਨੂੰ ਪਿਆਰ ਕਰਦੇ ਵੀਡੀਓ ਲਾਈਕ ਕਰਦੇ, ਕਮੈਂਟ ਕਰਦੇ। ਉੱਦਾਂ ਵੀ ਬਹੁਤ ਵੇਟ ਸੀ ਕਿ ਕਰਨ ਔਜਲਾ ਬਾਈ ਕਦੋਂ ਕੋਈ ਗਾਣਾ ਨਵਾਂ ਮਤਲਬ ਰਿਲੀਜ਼ ਕਰੇ, ਅਤੇ ਮੈਨੂੰ ਲੱਗਾ ਕਰਨ ਔਜਲੇ ਬਾਈ ਨੇ ਰਿਲੀਜ਼ ਤਾਂ ਕੀਤਾ ਨਹੀਂ, ਕਹਿੰਦਾ ਨਾ ਚੱਲ ਇੱਕ ਗਾਣਾ ਇੱਦਾਂ ਹੀ ਛੱਡ ਦਿਉ ਯਾਰ, ਕੀ ਹਾਈਪ ਜੀ ਬਣਾਉਣੀ ਹੈ ਨਾ, ਹਾਈਪ ਤੋਂ ਬਗੈਰ ਲੀਕ ਗਾਣਾ ਸਗੋਂ ਜ਼ਿਆਦਾ ਚੱਲ ਜਾਂਦਾ। ਅਤੇ ਬਾਕੀ ਗੱਲ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਦੇਖਾਂਗੇ ਕਰਨ ਔਜਲੇ ਬਾਈ ਦਾ ਗਾਣਾ। ਯਾਰ ਬੀਟ ਤੇ ਬੜੀ ਘੈਂਟ ਲੱਗਣ ਦੀ, ਆਹ ਵਾਈਬ ਬਹੁਤ ਘੈਂਟ ਲੱਗਦੀ ਯਾਰ। ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆਇਆ, ਜੇ ਪਾ ਲਏਗੀ ਤਾਂ ਦੱਸ ਦੇ ਨੀ, ਜੇ ਨਹੀਂ ਰੈਡੀ ਹੈ ਜੇ ਕੋਈ ਗੱਲ ਨਹੀਂ, ਜੇ ਨਾ ਲਏਗੀ ਤਾਂ ਦੱਸ ਦੇ ਨੀ, ਹਲੇ ਤੱਕ ਦਿਲ ਕਿਸੇ ਨਾਲ ਨਹੀਂ ਲਾਇਆ, ਜੇ ਲਾ ਲਏਗੀ ਤਾਂ ਦੱਸ ਦੇ ਨੀ। ਯਾਰ ਗਾਣੇ ਦੀ ਵਾਈਬ ਬੜੀ ਡਿਫਰੈਂਟ ਜੀ ਲੱਗਣ ਦੀ ਹੈ ਨਾ, ਕਹਿੰਦਾ ਮੈਂ ਲਾਹੌਰ ਤੋਂ ਸੂਟ ਲਿਆਂਦਾ ਵਾ, ਜੇ ਤੂੰ ਪਾ ਲਏਗੀ ਫਿਰ ਵੀ ਦੱਸ ਦੇ, ਜੇ ਨਹੀਂ ਪਾਏਗੀ ਨਾ, ਮਤਲਬ ਘੈਂਟ ਵਾਈਬ ਹੈ ਯਾਰ। ਮੈਂ ਲਾਹੌਰ ਤੋਂ ਲਿਆਇਆ, ਜੇ ਪਾ ਲਏਗੀ ਤਾਂ ਦੱਸ ਦੇ ਨੀ, ਜੇ ਨਹੀਂ ਰੈਡੀ ਹੈ ਜੇ ਕੋਈ ਗੱਲ ਨਹੀਂ, ਜੇ ਨਾ ਲਏਗੀ ਤਾਂ ਦੱਸ ਦੇ ਨੀ, ਹਲੇ ਤੱਕ ਦਿਲ ਕਿਸੇ ਨਾਲ ਨਹੀਂ ਲਾਇਆ, ਜੇ ਲਾ ਲਏਗੀ ਤਾਂ ਦੱਸ ਦੇ ਨੀ, ਅਸੀਂ ਕਰਦੇ ਹਾਂ ਦਿਲੋਂ ਗੋਰੀ ਇਹ, ਜੇ ਚਾਹ ਲਏਗੀ ਤਾਂ ਦੱਸ ਦੇ। ਤੇਰੇ ਬੁੱਲਾਂ ਕੋਲੋਂ ਪੁੱਛੇ ਸਵਾਲ, ਤੇਰੇ ਨਾਲ ਤੇਰਾ ਯਾਰ ਖੜਾ ਜੱਚਦਾ ਕਿ ਨਹੀਂ ਦੱਸ, ਤੇਰੇ ਕੰਨਾਂ ਨਾਲ ਸੁਣੇ ਜਵਾਬ, ਸਾਡੇ ਨਾਮ ਤੋਂ ਜ਼ਮਾਨਾ ਸਾਰਾ ਮੱਚਦਾ ਕਿ ਨਹੀਂ ਦੱਸ, ਮੈਨੂੰ ਰੱਖ ਲਾ ਤੂੰ ਨਾਲ ਜਿਵੇਂ ਰੱਖਦੀ ਰਮਾਲਿਆ, ਮੈਂ ਬਣ ਜਾ ਤਵੀਤ ਤੇਰੀ ਹਿੱਕਦਾ, ਅਸੀਂ ਕੋਲੇ ਤੇਰੀ ਲੋਰ ਚ ਮਗਨੇ, ਅਸੀਂ ਮੰਨਦੇ ਸ਼ਗਨ ਤੇਰੀ ਮਾਰੀ ਹੋਈ ਸ਼ਿਕਦਾ। ਤੈਨੂੰ ਬੋਰੀਏ ਜੇ ਸ਼ਿੰਦੇ ਨੇ ਗੱਲ ਕਿੰਨੀ ਘੈਂਟ ਕੇ, ਕਹਿੰਦਾ ਆਪਣੇ ਕੰਨਾਂ ਨਾਲ ਹੀ ਸੁਣ ਮੇਰੇ ਤੋਂ ਲੋਕ ਮੱਚਦੇ ਆ ਨਹੀਂ, ਕਹਿੰਦਾ ਜੇ ਤੂੰ ਮੇਰਾ ਨਾਮ ਸੁਣਨਾ ਤਾਂ ਆਪਣੇ ਇੱਕ ਮਹਿਸੂਸ ਕਰਕੇ ਮੈਨੂੰ ਲੋਕ ਪਸੰਦ ਵੀ ਕਰਦੇ, ਮਤਲਬ ਕਿਆ ਵਾਈਬ ਲਿਖੀ ਯਾਰ ਬੰਦੇ। ਫੇਰ ਸੁਣਾਵਾਂ ਵਾ ਵਾ ਕਹੀਂ ਗੀਤਾਂ ਦੱਸਦੇ ਨੀ, ਗੱਲ ਮੁੱਕਦੀ ਮੈਂ ਗੀਤ ਚ ਮੁਕਾਵਾਂ, ਜੇ ਮੁਕਾ ਲੇਗੀ ਤਾਂ ਦੱਸਦੇ ਨੀ, ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆਇਆ, ਜੇ ਪਾ ਲਏਗੀ ਤਾਂ ਦੱਸ ਦੇ ਨੀ, ਜੇ ਨਹੀਂ ਰੈਡੀ ਹੈ ਜੇ ਕੋਈ ਗੱਲ ਨਹੀਂ, ਜੇ ਨਾ ਲਏਗੀ ਤਾਂ ਦੱਸ ਦੇ ਨੀ। ਯਾਰ ਕਰਨ ਔਜਲੇ ਬਾਈ ਦੇ ਗਾਣੇ ਦੇ ਵਿੱਚ ਜੋ ਵਾਈਬ ਹੁੰਦੀ ਆ, ਜੋ ਬੰਦਾ ਲਿਖਦਾ ਨਾ, ਸੀਰੀਅਸਲੀ ਬਹੁਤ ਘੈਂਟ ਆ। ਆਹ ਮੈਨੂੰ ਉਹਦਾ ਅਫੀਸ਼ਲੀ ਸੌਂਗ ਨਹੀਂ ਹੈ, ਇਹ ਡਮੀ ਵਰਜਨ ਆ, ਮਤਲਬ ਜਿਹੜਾ ਬਾਈ ਨੇ ਉੱਦਾਂ ਹੀ ਡਬ ਕਰਕੇ ਰੱਖਿਆ ਨਾ ਗਾਣਾ, ਉਹ ਚੀਜ਼ ਲੱਗ ਰਹੀ ਆ ਅਫੀਸ਼ਲੀ ਗਾਣੇ ਦੇ ਵਿੱਚ, ਕਿਉਂਕਿ ਆਵਾਜ਼ ਥੋੜ੍ਹੀ ਜਿਹੀ ਬਾਈ ਦੀ ਘੱਟ ਆ ਗਾਣੇ ਦੇ ਵਿੱਚ, ਮਿਊਜ਼ਿਕ ਜ਼ਿਆਦਾ ਆ ਰਿਹਾ। ਅੱਖਾਂ ਬਿੱਲੀਆਂ ਮੈਂ ਸਿੱਲੀਆਂ ਨਾ ਹੁਣ ਦਵਾਂ ਤੇਰੀਆਂ ਅੱਖਾਂ ਦੇ ਵਿੱਚੋਂ, ਰੱਬ ਮੈਨੂੰ ਦੇਖਦਾ ਨਾ ਮੈਂ ਸ਼ਿਵ ਨਾ ਮੈਂ ਪਾਸ਼ ਕੂੜੇ, ਸੁਣ ਤੇਰੇ ਲਈ ਮੈਂ ਕਿਤਾਬਾਂ ਵਿੱਚੋਂ ਪੜ੍ਹ ਕੇ ਨੀ ਲਿਖਦਾ, ਮੈਨੂੰ ਯਾਦ ਤੂੰ ਤਾਂ ਗਿਣੇ ਨਾ ਤਰੀਕੇ ਵਾਲਾ, ਖਿੱਚਤੀ ਮੈਂ ਲੀਕੇ, ਅੱਜ ਹੋ ਗਏ 3 ਵੀਕ ਹੈ, ਬਸ ਕੱਟ ਕਰ ਨਖਰੇ ਨੂੰ ਥੋੜਾ, ਤੇਰੇ ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ ਤਾਂ ਠੀਕ ਹੈ, ਤੂੰ ਨਖਰਾ ਘੱਟ ਕਰ, ਤੇਰੇ ਕੰਨਾਂ ਵਿੱਚ ਪਾਈ ਜਿਹੜੀਆਂ ਵਾਲੀਆਂ ਪਾਈਆਂ ਉਹ ਤੇ ਠੀਕ ਹੈ। ਮੈਂ ਪੰਜਾਬ ਗੋਰੀਏ ਜੇ ਇੱਥੇ ਆ ਲਏਗੀ ਤਾਂ ਦੱਸ ਦੇ, ਕਹਿੰਦਾ ਤੂੰ ਬੰਬੇ ਮੈਂ ਪੰਜਾਬ, ਤੂੰ ਜੇ ਇੱਥੇ ਆ ਜਾਏਗੀ ਤਾਂ ਦੱਸ ਦੇ, ਸਾਡੀ ਬੇਬੇ ਕੁੜੇ ਰੋਟੀਆਂ ਪਕਾਊ, ਜੇ ਖਾ ਲਏਗੀ ਤਾਂ ਦੱਸ ਦੇ ਨੀ, ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆਇਆ, ਜੇ ਪਾ ਲਏਗੀ ਤਾਂ ਦੱਸ ਦੇ ਨੀ, ਜੇ ਨਹੀਂ ਰੈਡੀ ਹੈ ਜੇ ਕੋਈ ਗੱਲ ਨਹੀਂ, ਜੇ ਨਾ ਲਏਗੀ ਤਾਂ ਦੱਸ ਦੇ ਨੀ। ਬਸ ਇਹਦੇ ਹੀ ਆ।
ਖਾਲੀ ਰੋਡ ਉੱਤੇ ਖੁੱਲੀਆਂ ਨੇ ਬਾਰੀਆਂ ਨੀ, ਕਾਲੀਆਂ ਫਰਾਰੀਆਂ ਤੇ ਟੈਂਟ ਵਿੰਡੋ ਸਾਰੀਆਂ। ਇਹ ਤਾਂ ਅੱਜ ਤੱਕ ਹੋਇਆ ਨੀ ਕੁੜੀ ਕੇ ਜੱਟ ਕਿਸੇ ਕੋਲੋਂ ਲੰਘੇ, ਉਹਨੇ ਤਾੜੀਆਂ ਨੀ ਮਾਰੀਆਂ। ਓ ਕਿਆ ਬਾਤ, ਬਹੁਤ ਘੈਂਟ ਇੱਥੇ ਰੈਫਰੈਂਸ ਦਿੱਤੀ ਬਾਈ ਨੇ ਕਿ ਜਿੱਥੋਂ ਬਾਈ ਲੱਗੇ ਇੱਦਾਂ ਕਦੀ ਨੀ ਹੋਇਆ ਤਾਲੀਆਂ ਨਾ ਵੱਜੀਆਂ। ਨੀ ਮੈਂ ਉਹਦੇ ਤੋਂ ਗਾਣਾ ਵੀ ਲਿਖਾਇਆ, ਜੇ ਗਾਲੇ ਗੀਤਾਂ ਦੱਸ ਦੇ ਨੀ, ਜਿੰਨੇ ਮਿੱਤਰਾਂ ਦੇ ਸਾਹ ਬਚਿਆ ਤੂੰ ਉਹ ਚ ਸਾਹ ਲਏਗੀ ਤਾਂ ਦੱਸ ਦੇ ਨੀ, ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆਇਆ, ਜੇ ਪਾ ਲਏਗੀ ਤਾਂ ਦੱਸ ਦੇ ਨੀ, ਜੇ ਨੀ ਰੈਡੀ ਹੈ ਜੇ ਕੋਈ ਗੱਲ ਨਹੀਂ, ਜੇ ਨਾ ਲਏਗੀ ਤਾਂ ਦੱਸ ਦੇ ਨੀ, ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆਇਆ, ਜੇ ਪਾ ਲਏਗੀ ਤਾਂ ਦੱਸ ਦੇ ਨੀ, ਜੇ ਨੀ ਰੈਡੀ ਹੈ ਜੇ ਕੋਈ ਗੱਲ ਨਹੀਂ, ਜੇ ਨਾ ਲਏਗੀ ਤਾਂ ਦੱਸ ਦੇ ਨੀ। ਯਾਰ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਲਾਹੌਰ ਕਿੰਨਾ ਵੱਸਦਾ ਏ ਯਾਰ, ਗਾਣਿਆਂ ਦੇ ਵਿੱਚ ਦੇਖ ਲਓ ਜਿੰਨੀ ਰੈਫਰੈਂਸ ਦਿੰਦੇ ਆ ਗਾਣਿਆਂ ਦੇ ਵਿੱਚ, ਹੈ ਨਾ, ਕਿੱਡੀ ਤਗੜੀ ਦਲਜੀਤ ਦੋਸਾਂਝ ਬਾਈ ਦਿੰਦਾ। ਦਲਜੀਤ ਦੋਸਾਂਝ ਬਾਈ ਦਾ ਕੱਲ੍ਹ ਮੈਂ ਕੰਸੈਪਟ, ਕੱਲ੍ਹ ਦੀ ਵੀਡੀਓ ਦੇਖ ਰਿਹਾ ਸੀ, ਉੱਚੀ ਬਾਈ ਨੇ ਲਾਹੌਰ ਦੀ ਗੱਲ ਕੀਤੀ, ਹੈ ਨਾ। ਯਾਰ ਪੰਜਾਬੀ ਗਾਣਿਆਂ ਦੇ ਵਿੱਚ ਜ਼ਿਆਦਾਤਰ ਲਾਹੌਰ ਸ਼ਬਦ ਬਹੁਤ ਯੂਜ਼ ਹੁੰਦਾ, ਅਤੇ ਲਾਹੌਰ ਦੀ ਮੇਰੇ ਹਿਸਾਬ ਨਾਲ ਮਾਰਕੀਟ ਸੀਰੀਅਸਲੀ ਨੈਕਸਟ ਲੈਵਲ 'ਤੇ ਹੋਣੀ ਆ, ਹਾਈ ਲੈਵਲ 'ਤੇ ਹੋਣੀ ਆ, ਜਦੋਂ ਦਾ ਮਤਲਬ ਕਿਸੇ ਗਾਣੇ 'ਤੇ ਹਰ ਇੱਕ ਇੰਡੀਅਨ ਗਾਣੇ ਦੇ ਵਿੱਚ ਲਾਹੌਰ ਦਾ ਨਾਂ ਆਉਣਾ, ਸੂਟਾਂ ਦੇ ਵਿੱਚ, ਪਹਿਰਾਵੇ ਦੇ ਵਿੱਚ, ਜੁੱਤੀ ਦੇ ਵਿੱਚ, ਹੈ ਨਾ, ਪਜਾਮੇ ਕੁੜਤਿਆਂ ਦੇ ਮਤਲਬ ਕੱਪੜੇ ਦੇ ਵਿੱਚ, ਮਤਲਬ ਹਰ ਚੀਜ਼ ਦੇ ਵਿੱਚ ਲਾਹੌਰ ਦੀ ਗੱਲ ਆਉਣੀ, ਅਤੇ ਲਾਹੌਰ ਦਾ ਰੇਟ ਤਾਂ ਆਪੇ ਹੀ ਵਧਣਾ ਯਾਰ, ਬਹੁਤ ਘੈਂਟ ਦਿਲਾਂ ਦੇ ਘੈਂਟ ਯਾਰ ਗਾਣਾ। ਅਫੀਸ਼ਲੀ ਗਾਣਾ ਤਾਂ ਹੁਣ ਮੇਰੇ ਹਿਸਾਬ ਨਾਲ ਕਰਨ ਔਜਲਾ ਬਾਈ ਨੇ ਰਿਲੀਜ਼ ਕਰੂਗਾ, ਜਿੱਦਾਂ ਬਾਈ ਡੋਂਟ ਲੁੱਕ 2 ਵੀ ਨਹੀਂ ਰਿਲੀਜ਼ ਕੀਤਾ, ਹੈ ਨਾ, ਉਹ ਬਾਅਦ 'ਚ ਇੱਦਾਂ ਹੀ ਕਰਤਾ, ਬਸ ਨਾਮ ਮਾਤਰ ਜੇ, ਉਹਦੀ ਕੋਈ ਪੋਸਟ ਵਗੈਰਾ ਵੀ ਨਹੀਂ ਬਾਈ ਨੇ ਪਾਈ। ਬਾਈ ਲੀਕ ਗਾਣੇ, ਲੀਕ ਨਹੀਂ ਮਤਲਬ ਲੀਕ ਗਾਣੇ ਜਿਹੜੇ ਹੁੰਦੇ ਉਹ ਰਿਲੀਜ਼ ਨਹੀਂ ਕਰਦਾ, ਅਤੇ ਮੈਂ ਸੋਚਿਆ ਰਿਐਕਸ਼ਨ ਕਰਦੀ ਹੁਣ ਸਾਰੇ ਕਰਨ ਦਾ, ਆਪਾਂ ਵੀ ਕਰ ਲਈਏ। ਬਾਕੀ ਘੈਂਟ ਲੱਗਾ ਮੈਨੂੰ ਗਾਣਾ, ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਾ, ਰਿਐਕਸ਼ਨ ਕਿੱਦਾਂ ਲੱਗਾ, ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਮਿਲਦੇ ਜਲਦੀ ਨੈਕਸਟ ਵੀਡੀਓ, ਸਤਿ ਸ਼੍ਰੀ ਅਕਾਲ, ਬਾਏ ਬਾਏ।